ਪਠਾਨਕੋਟ ਦੇ ਵਿੱਚ ਵੁਮਨ ਵੈਲਫੇਅਰ ਸੁਸਾਇਟੀ ਦੇ ਵੱਲੋਂ ਵਿਸਾਖੀ ਦੇ ਤਿਉਹਾਰ ਦੇ ਚਲਦੇ ਵਿਸਾਖੀ ਮੁਟਿਆਰਾਂ ਦੀ ਇੱਕ ਪ੍ਰੋਗਰਾਮ ਦੇ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਦੇ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਦੱਸ ਦਈਏ ਕਿ ਵੁਮਨ ਵੈਲਫੇਅਰ ਸੁਸਾਇਟੀ ਦਾ ਕਹਿਣਾ ਸੀ ਕਿ ਉਹਨਾਂ ਦੇ ਵੱਲੋਂ 20 ਵਰਸ਼ਾਂ ਤੋਂ ਪੰਜਾਬੀ ਸੰਸਕ੍ਰਿਤੀ ਪ੍ਰੋਗਰਾਮ ਕਰਵਾ ਕੇ ਯੁਵਾ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਉਹ ਕੰਮ ਕਰ ਰਹੇ ਨੇ। ਉੱਥੇ ਦੱਸ ਦਈਏ ਕਿ ਇਸ ਮੌਕੇ ਤੇ ਆਈਆਂ ਹੋਈਆਂ ਸਾਰੀਆਂ ਔਰਤਾਂ ਦੇ ਵਿੱਚ ਕਾਫੀ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਇਹ ਤਿਉਹਾਰ ਸੁੱਖ ਸਮਰਿੱਧੀ ਦਾ ਪ੍ਰਤੀਕ ਹੈ ਔਰ ਮੈਡਮ ਬਾਰ ਬਾਰ ਫੋਕਸ ਕਰ ਰਹੇ ਹੈ ਕਿ ਮੁਟਿਆਰਾਂ ਦੀ, ਮੁਟਿਆਰਾਂ ਤੋਂ ਮਤਲਬ ਇੱਕ ਜਿਹੜੀ ਨਾਰੀ ਹੈ ਉਹ ਸਿਰਜਨ ਕਰਤਾ ਹੈ, ਉਹ ਜਨਮ ਦਿੰਦੀ ਹੈ ਔਰ ਉਹੀ ਸੰਸਕਾਰ ਡਾਲਦੀ ਹੈ। ਅਗਰ ਮੁਟਿਆਰਾਂ ਹੀ ਆਪਣੀ ਸੰਸਕ੍ਰਿਤੀ ਨੂੰ ਅੱਗੇ ਵਧਾਉਣਗੀਆਂ, ਅੱਛਾ ਸੰਦੇਸ਼ ਦੇਣਗੀਆਂ, ਜੋ ਕਿ ਮੈਡਮ ਆਪਣੀ ਬੱਚੀਆਂ ਦੇ ਥਰੂ ਕਰਵਾ ਰਹੀ ਹੈ, ਸੁਸਾਇਟੀ ਪੋਜ਼ਿਟਿਵ ਥਾਟਸ ਲਿਆ ਰਹੀ ਹੈ, ਅਤੇ ਉਹਦੇ ਨਾਲ ਹੀ ਸਾਡੀ ਸੁਸਾਇਟੀ ਅੱਗੇ ਵਧੇਗੀ। ਸਭ ਸ਼ਹਿਰ ਵਾਸੀਆਂ ਨੂੰ ਵਿਸਾਖੀ ਦੀ ਬਹੁਤ ਬਹੁਤ ਮੁਬਾਰਕ। ਅੱਜ ਦਾ ਸਮਾਜ ਜਿਹੜਾ ਹੈ, ਪੰਜਾਬੀ ਸੱਭਿਆਚਾਰ, ਪੰਜਾਬੀ ਤਿਉਹਾਰ, ਮੇਲੇ ਖੇੜੇ ਅਤੇ ਤਿਉਹਾਰ ਭੁੱਲ ਚੁੱਕਿਆ, ਅਤੇ ਉਹਦਾ ਹੀ ਨਤੀਜਾ ਹੈ ਕਿ ਅੱਜ ਸਾਡੇ ਪੰਜਾਬ ਦੀ ਤਸਵੀਰ ਬਦਲ ਚੁੱਕੀ ਹੈ। ਜੇ ਅੱਜ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਨੇ, ਤਾਂ ਇਹੀ ਕਾਰਨ ਹੈ ਕਿ ਉਹ ਆਪਣੇ ਪਰਿਵਾਰ ਤੋਂ ਟੁੱਟ ਚੁੱਕੇ ਨੇ, ਆਪਣੇ ਸਮਾਜ ਤੋਂ ਟੁੱਟ ਚੁੱਕੇ ਨੇ। ਅਗਰ ਉਹ ਪਹਿਲੇ ਦੀ ਤਰ੍ਹਾਂ ਆਪਣੀ ਸੱਭਿਅਤਾ ਨਾਲ, ਆਪਣੇ ਤਿਉਹਾਰਾਂ ਨਾਲ ਜੁੜੇ ਰਹਿਣ, ਆਪਣੇ ਪਰਿਵਾਰ ਦੇ ਨਾਲ ਜੁੜੇ ਰਹਿਣ, ਅਤੇ ਇਹ ਖੁਸ਼ੀਆਂ ਦੇ ਤਿਉਹਾਰ ਜਿਹੜੇ ਨੇ ਉਹਨਾਂ ਨੂੰ ਸਿਹਤ ਵੀ ਦੇਣਗੇ, ਉਹਨਾਂ ਨੂੰ ਪਰਿਵਾਰ ਦਾ ਪਿਆਰ ਵੀ ਦੇਣਗੇ, ਅਤੇ ਅਸੀਂ ਸਮਾਜ ਨੂੰ ਇਹ ਸੰਦੇਸ਼ ਦਿੰਦੇ ਹਾਂ ਕਿ ਇਹ ਤਿਉਹਾਰ ਆਓ ਸਾਰੇ ਰਲ ਮਿਲ ਕੇ ਫਿਰ ਉਹੀ ਮਾਹੌਲ ਪੈਦਾ ਕਰੀਏ ਜਿਹੜਾ ਪਹਿਲੀਆਂ ਪੀੜ੍ਹੀਆਂ ਕੱਟੀਆਂ ਆਈਆਂ ਸੀ, ਅਤੇ ਫਿਰ ਉਹੀ ਪੰਜਾਬ ਲਿਆਈਏ ਜਿਹੜਾ ਪੰਜਾਬਾਂ ਦਾ ਪੰਜਾਬ ਹੋਇਆ ਕਰਦਾ ਸੀ। ਪਠਾਨਕੋਟ ਤੋਂ ਲਵਪ੍ਰੀਤ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨ ਆਰ ਆਈ।